ਸੋਚਿਆ ਨਹੀਂ ਸੀ ਮੇਰੇ ਬਿਨ ਤੇਰਾ ਸਰ ਵੀ ਸਕਦਾ ਏ, ਜਿੱਦਾਂ ਤੂੰ ਕਰਦੇ ਸਜਣ ਉਦਾਂ ਕੋਈ ਮਰ ਵੀ ਸਕਦਾ ਏ। 3 ਮਾਸਟਰਪੀਸ ਭਾਜੀ, 3 ਗਾਣੇ, ਉਹੀ ਸਵਾਲ, 3 ਗਾਣੇ ਕਿਉਂ ਨੇ, ਇੰਨੀ ਲੇਟ ਨੇ ਭਾਜੀ, ਹੋਰ ਗਾਣੇ ਕਿਉਂ ਨਹੀਂ ਕੀਤੇ, ਇੱਦਾਂ ਦੇ ਗਾਣੇ ਨੇ, ਉੱਦਾਂ ਦੇ ਗਾਣੇ ਨੇ, ਉਹੀ ਗੱਲਾਂ ਨੇ ਭਾਜੀ, ਮੈਨੂੰ ਇਹ ਦੱਸੋ 3 ਗਾਣੇ ਕਿਉਂ ਫਿਰ? ਜ਼ਿੰਦਗੀ ਤੇਰੇ ਨਾਲ ਮੇਰਾ ਇੱਕ ਗਾਣਾ ਸੀ ਜੀ, ਰਿਮਝਿਮ ਮੇਰਾ ਇੱਕ ਗਾਣਾ ਸੀ, ਬੇਕਦਰਾ ਮੇਰਾ ਇੱਕ ਗਾਣਾ ਸੀ ਜੀ, ਸੱਜਣਾ ਰੱਬ ਦੇ ਨਾਂ ਵਰਗਾ ਮੇਰਾ ਇੱਕ ਗਾਣਾ ਸੀ, ਕਸੂਰ ਮੇਰਾ ਇੱਕ ਗਾਣਾ ਸੀ ਜੀ, ਤੋੜ ਗਈ ਮੇਰਾ ਇੱਕ ਗਾਣਾ ਸੀ, ਸਾਰੇ ਯਾਦ ਆ ਜੀ, ਬਸ ਇਹੀ ਗੱਲ ਆ। ਕਿਆ ਮਤਲਬ ਕਿ ਕੁਆਂਟੀਟੀ ਵੱਲ ਨਹੀਂ ਧਿਆਨ ਹੈਗਾ, ਕੁਆਲਿਟੀ ਵੱਲ, ਕੁਆਲਿਟੀ ਵੱਲ ਆ। ਜਦ ਤੁਹਾਨੂੰ ਜੇ ਮੈਂ ਕਿਸੇ ਗਾਣੇ ਦਾ ਨਾਂ ਲੈ ਦੂੰਗਾ, ਮੈਨੂੰ ਤੁਹਾਡੀ ਸ਼ਕਲ ਤੋਂ ਪਤਾ ਲੱਗ ਜਾਣਾ ਵੀ ਯਾਰ ਇਹ ਬੰਦੇ ਨੂੰ ਪਤਾ ਨਹੀਂ ਇਸ ਗਾਣੇ ਦਾ, ਕਿਉਂ ਇੰਨਾ ਕੁ ਤਾਂ ਤਜਰਬਾ ਮੈਨੂੰ, ਅੱਲਾ ਦਾ ਸ਼ੁਕਰ ਆ ਵੀ ਇੰਨਾ ਇੰਨਾ ਜਾਣੀ ਕਿ ਧੱਕੇ ਤੁਹਾਡੇ ਖਾ ਕੇ ਇੰਨਾ ਤਾਂ ਬੰਦੇ ਨੂੰ ਪਤਾ ਲੱਗੇ ਜਾਂਦਾ, ਬੰਦਾ ਫੇਸ ਤੋਂ ਬੰਦੇ ਨੂੰ ਪਤਾ ਲੱਗੇ ਜਾਂਦਾ ਵੀ ਨਹੀਂ ਨਹੀਂ ਯਾਰ, ਹੈਨਾ। ਤੇ ਪਰ ਹੁਣ ਤੁਹਾਨੂੰ ਸਾਰੇ ਗਾਣੇ ਯਾਦ ਆ, ਬਿਲਕੁਲ ਹੈਨਾ, ਸਾਰੇ ਗਾਣੇ ਯਾਦ ਆ, ਇਟ ਮੀਨਸ ਕਿ ਇਹ ਸਾਰੇ ਗਾਣੇ ਚੱਲੇ ਹੋਏ ਨੇ, ਹੈਨਾ। ਜੇ ਆਪਾਂ ਇੰਨੇ, ਹੁਣ ਮੈਨੂੰ 10 ਸਾਲ ਹੋ ਗਏ ਇੰਡਸਟਰੀ ਦੇ ਵਿੱਚ, ਹੈਨਾ, ਮੈਂ 19 ਦਸ਼ਕ ਹਾਂਜੀ, ਮੈਂ 19 ਸਾਲ ਦਾ ਸੀਗਾ ਜਦੋਂ ਮੇਰਾ ਰਿਮਝਿਮ ਆਇਆ ਸੀਗਾ, ਰਿਮਝਿਮ ਵੀ ਸੁਪਰ ਡੁਪਰ ਹਿੱਟ, ਹੈਨਾ, ਉਦੋਂ ਲੋਕਾਂ ਦੇ ਭਾਈ ਤੁਹਾਡਾ ਉਦੋਂ ਗਾਣਾ ਆਇਆ, ਲੋਕਾਂ ਦੇ ਕਈਆਂ ਦੇ ਦਾੜੀ ਵੀ ਨਹੀਂ ਆਈ ਸੀ, ਮੇਰੇ ਵੀ ਨਹੀਂ ਆਈ ਸੀ, ਉਹੀ ਤਾਂ ਤੇ ਆਈ ਤੁਹਾਡੇ ਵੀ ਨਹੀਂ ਸੀ, ਆਪਾਂ ਦੋਨੇ ਖੋਜੇ ਸੀਗੇ, ਹਾਂ ਰੋਡੇ ਰੋਡੇ ਪੋਡੇ ਨੰਗ ਮਲੰਗੇ। ਪਰ ਥੋੜ੍ਹਾ ਤੁਸੀਂ ਥੋੜ੍ਹਾ ਦਿਓ ਇੰਡਸਟਰੀ ਨੂੰ, ਜਾਣੀ ਕਿ ਜਿਹੜੀ ਇੱਕ ਇੰਡਸਟਰੀ ਨੂੰ ਵੀ ਤੇ ਇੱਕ ਆਪਣੇ ਫੈਨ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ, ਹੈਨਾ, ਚਹੀਤੇ ਨੇ ਤੁਹਾਡੇ ਗਾਇਕ, ਜਿਹੜੇ ਚਹੀਤੇ ਨੇ ਤੁਹਾਡੇ ਸਪੋਰਟਰਸ ਨੇ, ਹੈਨਾ, ਉਹਨਾਂ ਨੂੰ ਤੁਸੀਂ ਥੋੜ੍ਹਾ ਦਿਓ। ਤੇ ਹੁਣ ਤੁਸੀਂ ਇਹ ਦੇਖੋ, ਆਪਾਂ ਕਹਿੰਦੇ ਹਾਂ ਵੀ ਆਪਾਂ ਡਾਇਟ ਕਰੀਏ ਯਾਰ, ਹੈਨਾ, ਚਲੋ ਆਪਣੇ ਕੋਲ ਤਾਂ ਹਜੇ ਹੁੰਦੀ ਨਹੀਂ, ਪਰ ਜਦੋਂ ਕਰਦੇ ਹਾਂ ਉਦੋਂ ਇਹ ਕਹਿੰਦੇ ਹਾਂ ਵੀ ਥੋੜ੍ਹਾ ਖਾਈਏ ਤੇ ਤਾਂ ਸਿਹਤ ਸੈੱਟ ਰਹੇਗੀ, ਜੇ ਉਹਨਾਂ ਨੂੰ ਆਪਾਂ ਥੋੜ੍ਹਾ ਦੇਵਾਂਗੇ ਤਾਂ ਉਹਨਾਂ ਦੀ ਵੀ ਤਾਈਓਂ ਜਾਣੀ ਕਿ ਉਹ ਮਿਊਜ਼ਿਕ ਦੀ ਸੁਣਨ ਦੀ ਜਿਹੜੀ ਸ਼ਕਤੀ ਆ, ਬਿਲਕੁਲ ਉਹ ਵਧੀਆ, ਮਿੱਠਾ ਵੀ ਖਰਾਬ ਕਰਦਾ, ਜ਼ਿਆਦਾ ਮਿੱਠਾ ਵੀ ਖਰਾਬ ਕਰਦਾ। ਹੁਣ 3 ਮਾਸਟਰਪੀਸ ਆਪਾਂ ਇਸ ਕਰਕੇ ਰੱਖੀ ਆ ਕਿਉਂਕਿ ਇਹਦੇ ਵਿੱਚ 3 ਹੀ ਗਾਣੇ ਜਿਹੜੇ ਆ, ਉਹ 3 ਹੀ ਗਾਣੇ ਸਾਡੇ ਸਾਰੀ ਟੀਮ ਦੇ ਫੇਵਰੇਟ ਆ, ਦਿਲ ਤੋਂ ਚਾਹੁੰਦਾ ਨਹੀਂ ਤਾਂ ਸਾਡਾ ਬਹੁਤ ਪੁਰਾਣਾ, ਹੈਨਾ, ਤੇ ਅਸੀਂ ਇਹ ਅਸੀਂ ਕਦ ਰਿਲੀਜ਼ ਕਰਨ ਨੂੰ ਫਿਰਦੇ ਸੀ, ਕੋਈ ਮਾਰ ਸਕਦਾ ਭਾਜੀ, ਉਹ ਵੀ ਮੇਰਾ ਫੇਵਰੇਟ ਆ, ਹੈਨਾ, ਹਾਂਜੀ ਹਾਂਜੀ ਸਰ, ਉਹ ਹਾਂਜੀ ਜ਼ਰੂਰ ਜ਼ਰੂਰ ਸੁਣਾਂਗੇ, ਪਲੀਜ਼ ਪਲੀਜ਼ ਪਲੀਜ਼, ਜਦੋਂ ਤੁਸੀਂ ਮੈਨੂੰ ਭਾਜੀ, ਫਿਰ ਹੁਣ ਗੱਲ ਆਪਾਂ ਛੱਡੀ ਆ, ਕੋਈ ਮਰ ਵੀ ਸਕਦਾ ਭਾਜੀ, ਫਿਰ ਉਹਦੀਆਂ ਲਾਈਨਾਂ ਤੇ ਜ਼ਰੂਰ ਸੁਣਾ ਦਿਓ ਭਾਜੀ, ਹੈਨਾ, ਜ਼ਰੂਰ ਕਾਕੇ ਸੋਚਿਆ ਨਹੀਂ ਸੀ ਮੇਰੇ ਬਿਨ ਤੇਰਾ ਸਰ ਵੀ ਸਕਦਾ ਏ, ਸੋਚਿਆ ਨਹੀਂ ਸੀ ਮੇਰੇ ਬਿਨ ਤੇਰਾ ਸਰ ਵੀ ਸਕਦਾ ਏ, ਜਿੱਦਾਂ ਤੂੰ ਕਰਦੇ ਸਜਣ ਉਦਾਂ ਕੋਈ ਮਰ ਵੀ ਸਕਦਾ ਏ, ਜਿੱਦਾਂ ਤੂੰ ਕਰਦੇ ਸਜਣਾ ਉਦਾਂ ਕੋਈ ਮਰ ਵੀ ਸਕਦਾ ਏ।